ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਰਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਸਲਾਣਾ ਖੰਨੇ ਦੇ ਬਿਲਕੁਲ ਇਹ ਨਾਲ ਦਾ ਪਿੰਡ ਅਤੇ ਸ਼੍ਰੀ ਕ੍ਰਿਸ਼ਨਾ ਡੇਅਰੀ ਫਾਰਮ ਹੈ। ਇਸ ਫਾਰਮ ਨੂੰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪੈਂਦਾ। ਜਦੋਂ ਵੀਡੀਓ ਬਣਾਈ ਦੀ ਉਦੋਂ ਮੈਂ ਹਰੇਕ ਵਾਰ ਜ਼ਿਕਰ ਕਰਦਾ ਹੁੰਦਾ ਵੀ ਇੱਥੇ ਇੰਨੇ ਕੁ ਪਸ਼ੂ ਮੌਜੂਦ ਹੁੰਦੇ ਆ ਵੀ ਜਿੱਦਾਂ ਇੱਕ ਛੋਟੀ ਮੰਡੀ ਹੁੰਦੀ ਹੈ। 30-30 32-32 ਨਾਗ ਐਟ ਪ੍ਰੈਜੈਂਟ ਮਤਲਬ ਇੱਕ ਟਾਈਮ ਦੇ ਉੱਤੇ ਇੱਥੇ ਹਾਜ਼ਰ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਗਾਵਾਂ ਸੂਈਆਂ ਸਵਾਈਆਂ ਅਤੇ ਬਹੁਤ ਸਾਰੀਆਂ ਗਾਵਾਂ ਗੱਭਣ ਵੀ ਹੁੰਦੀਆਂ। ਅੱਜ ਫਿਰ ਇਹ ਫਾਰਮ ਸਾਰਾ ਭਰਿਆ ਹੋਇਆ, ਪਰ ਵੀਡੀਓ ਦੀ ਲੈਂਥ ਨੂੰ ਧਿਆਨ 'ਚ ਰੱਖਦਿਆਂ ਅਸੀਂ ਇਹ ਸੋਚਿਆ ਵੀ ਕੁਛ ਕੁ ਗਾਵਾਂ ਦੀ ਵੀਡੀਓ ਬਣਾਵਾਂਗੇ ਜਿਹਦੇ ਨਾਲ ਤੁਹਾਨੂੰ ਆਈਡੀਆ ਹੋ ਜੂਗਾ ਵੀ ਇੱਥੇ ਕਿੱਦਾਂ ਦੀ ਬਰੀਡ ਮੌਕੇ ਦੇ ਉੱਤੇ ਮੌਜੂਦ ਹੁੰਦੀ ਹੈ। ਤਾਂ ਕੁਛ ਗਾਵਾਂ ਤੋਰਾਂਗੇ, ਕੁਛ ਖੜੀਆਂ ਹੀ ਤੁਹਾਨੂੰ ਦਿਖਾ ਦਿਆਂਗੇ ਅਤੇ ਕੁਛ ਕੁ ਗਾਵਾਂ ਬਾਰੇ ਤੁਹਾਨੂੰ ਵੈਸੇ ਜਾਣਕਾਰੀ ਦੇਤੀ। ਨਗ ਟੋਟਲ 30-32 ਇੱਥੇ ਮੌਜੂਦ ਹੈ ਜਿਹੜੇ ਵਿਕਾਊ ਹੈ, ਵਿਕਰੀ ਵਾਸਤੇ ਹੈ। ਬਹੁਤੀਆਂ ਗਾਵਾਂ ਅੱਜ ਜਿਹੜੀਆਂ ਦਿਖਾਵਾਂਗੇ ਉਹਦੇ 'ਚੋਂ ਦੰਦਾਂ ਦੇ ਵਿੱਚ ਹੀ ਦਿਖਾਉਣਗੀਆਂ। ਸੋ ਸ਼੍ਰੀ ਕ੍ਰਿਸ਼ਨਾ ਡੇਅਰੀ ਫਾਰਮ ਖੰਨੇ ਵਾਲੇ ਵੀਰਾਂ ਦੀ ਇਹ ਵੀਡੀਓ ਤੁਹਾਨੂੰ ਅੱਜ ਫਿਰ ਦਿਖਾਉਣ ਲੱਗਾ। ਆਓ ਮਿਲੀਏ, ਕਰਦੇ ਹਾਂ ਗੱਲਾਂ ਬਾਤਾਂ। ਦੱਸੋ ਕੁਛ ਤਿਆਰ ਗਾਵਾਂ, ਕੁਛ ਤਾਜ਼ੀਆਂ ਸੂਈਆਂ ਦਿਖਾਊਂਗਾ। ਇੱਕ ਹੋਰ ਚੀਜ਼ ਜਿਹੜੀ ਸ਼ੁਰੂ 'ਚ ਦੱਸਣ ਯੋਗ ਹੈ, ਬਾਈ ਨੇ ਦੱਸਿਆ ਵੀ ਇੱਥੇ ਜਿੰਨੀਆਂ ਵੀ ਗਾਵਾਂ ਸੂਈਆਂ ਉਹਨਾਂ 'ਚੋਂ ਸ਼ਾਇਦ ਸਿਰਫ 2 ਗਾਵਾਂ ਨਾਲ ਬੱਚੇ ਵੱਛੇ ਹੈ, ਬਾਕੀ ਸਾਰੀਆਂ ਗਾਵਾਂ ਨੇ ਇਸ ਵਾਰ ਫੀਮੇਲ ਕਾਫ ਜਾਂ ਵੱਛੀਆਂ ਨੂੰ ਜਨਮ ਦਿੱਤਾ। ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ। ਕੁਛ ਨਾਗ ਇਹਨਾਂ 'ਚੋਂ ਵੀ ਤੋਰਾਂਗੇ, ਕੁਛ ਪਰਲੇ ਪਾਸੋਂ ਸੂਈਆਂ ਸਵਾਈਆਂ ਤੋਰ ਦਿਆਂਗੇ, ਰਲਵੇਂ ਮਿਲਵੇਂ ਪਸ਼ੂ ਤੁਹਾਨੂੰ ਦਿਖਾਉਣੇ। ਵਰਿੰਦਰ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਜ ਫਿਰ 30-32 ਨਗ ਹੈ ਇਸ ਟਾਈਮ ਮੌਜੂਦ? ਹਾਂਜੀ ਹਾਂ, ਆਪਣੇ ਕੋਲ ਹੈਗੇ ਤਕਰੀਬਨ 40 ਦੇ ਲਗਭਗ ਜੀ। 40 ਦੇ ਲਗਭਗ ਹੈ। ਉਸੇ ਤਰ੍ਹਾਂ ਹੀ ਹੈ ਜਿਵੇਂ ਸੂਈਆਂ ਸਵਾਈਆਂ ਤਿਆਰ ਜਾਂ ਕੁਛ ਕੱਚੀਆਂ ਗਾਵਾਂ ਮਿਕਸ ਹੈ? ਹਾਂਜੀ, ਆਪਣੇ ਕੋਲ ਜੀ ਤਕਰੀਬਨ 18-19 ਗਾਵਾਂ ਤਾਂ ਗੱਭਣਾਂ ਨੇ ਜੀ, ਤੇ 6 ਗਾਵਾਂ ਬਿਲਕੁਲ ਤਾਜ਼ੀਆਂ ਜਿਵੇਂ ਰਾਤ ਦੀਆਂ ਸੂਈਆਂ ਹੋਈਆਂ, ਤੇ 12 ਗਾਈਆਂ ਆਪਣੇ ਕੋਲ ਹੈਗੀਆਂ ਨੇ, 5-6 ਸਰੀਰਾਂ ਸੂਈਆਂ ਹੋਈਆਂ। ਯਾਨੀ ਉਹ ਤਾਂ ਪੂਰੇ ਦੁੱਧ ਤੇ ਆਈ ਗਈਆਂ ਹੋਣਗੀਆਂ, ਨੇੜ ਤੇੜ ਹੋਣਗੀਆਂ। ਹਾਂਜੀ ਠੀਕ ਹੈ। ਅੱਛਾ, ਅੱਜ ਆਪਾਂ ਫਿਰ ਨਾਗ ਜਿਹੜੇ ਉਹ ਮੇਰੇ ਖਿਆਲ 'ਚ 4 ਸੂਈਆਂ ਸਵਾਈਆਂ ਤੇ 4 ਗੱਭਣ ਦਿਖਾ ਰਹੇ ਹਾਂ। ਹਾਂਜੀ ਹਾਂਜੀ। ਪਹਿਲੇ ਨੰਬਰ ਤੇ ਕਿਹੜੀ ਗਾਂ ਦਿਖਾਉਣੀ ਬਈ? ਪਹਿਲੇ ਨੰਬਰ ਤੇ 2 ਨੰਦ ਵੱਛੀ ਹੈ ਜੀ ਇਹ। ਠੀਕ ਹੈ। ਤੇ ETT ਦੇ ਸਰਕਾਰੀ ਸੀਮਨ ਦੀ ਵੱਛੀ ਹੈ ਇਹਦੇ, ਅੱਗੇ ਵੀ ਚੰਗੇ ਸੀਮਨ ਤੋਂ ਪ੍ਰੈਗਨੈਂਟ ਆ, ਲਗਭਗ ਟਾਈਮ ਭਾਅ ਜੀ ਪੂਰਾ ਹੀ ਆ, ਤੇ ਘੱਟੋ ਘੱਟ ਮਿਲਕਿੰਗ ਦੀ ਗੱਲ ਕਰੀਏ ਤਾਂ ਆਪਾਂ 25 ਕਿਲੋ ਪਹਿਲੇ ਸੂਏ ਚਵਾ ਦੂਗੀ ਇਹ ਜੀ। 25 ਕਿਲੋ ਤਾਂ ਦੇ ਦੂਗੀ, ਬਾਕੀ ਬਾਡੀ ਲੈਂਥ ਉੱਤੋਂ ਸਟੇਟ ਨੈਟ ਲੈਂਥ ਦੇਖੋ, ਪੂਰੀ ਲੈਗ ਸਕੋਰ ਐਂਡ ਸਿੱਧਾ ਪਿਆ, ਆਰਡਰ ਕੁਆਲਿਟੀ ਦੇਖੋ ਕਿਆ ਸ਼ਾਨਦਾਰ ਹੈ ਜੀ। ਸਹੀ ਹੈ। ਅੱਛਾ, ਡਿਮਾਂਡ ਜੇ ਆਪਾਂ ਰੇਟ ਦੀ ਗੱਲ ਕਰਦੇ ਹਾਂ ਤਾਂ ਰੇਟ ਰੇਟ ਭਾਅ ਜੀ ਫੋਨ ਤੇ ਹੀ ਹੋਣਗੇ ਜੀ? ਫੋਨ ਤੇ ਹੋਣਗੇ। ਹਾਂਜੀ ਹਾਂਜੀ। ਹਰੇਕ ਤਰ੍ਹਾਂ ਦਾ ਭਾਅ ਮਿਲ ਜੂਗਾ, ਜਿਵੇਂ ਆਪਾਂ ਅੱਗੇ ਗੱਲ ਕਰਦੇ ਹਾਂ 100+ ਵਾਲਾ? 100+ ਵਾਲਾ ਜੀ। ਠੀਕ ਹੈ। ਥੋੜੀਆਂ ਹੀ ਗਾਵਾਂ ਹੁੰਦੀਆਂ ਨੇ ਆਪਣੇ ਕੋਲ ਜੀ, ਮਤਲਬ ਹਰੇਕ ਬੰਦਾ ਭਾਅ ਜੀ ਆਪਣੇ ਕੋਲ ਆਉਂਦਾ ਤਾਂ ਚੰਗੀ ਗਾਂ ਦੀ ਡਿਮਾਂਡ ਕਰਦਾ। ਠੀਕ ਹੈ। ਫਿਰ ਉਹ ਛੋਟੀ ਗਾਂ ਦਾ ਆਪਾਂ ਵੀ ਕੰਮ ਨਹੀਂ ਕਰਦੇ, ਕਿਉਂਕਿ ਆਪਾਂ ਪਹਿਲਾਂ ਗਾਂ ਲੈਂਦੇ ਆਪਾਂ ਆਪਣੇ ਫਾਰਮ ਵਾਸਤੇ, ਵਿਕਰੀ ਵਾਸਤੇ ਆਪਾਂ ਗਾਂ ਬਾਅਦ 'ਚ ਲਈ ਦੀ ਆ। ਠੀਕ ਹੈ। ਪਹਿਲਾਂ ਆਪਾਂ ਐਂ ਦੇਖੀ ਦੀ ਆ ਕਿ ਜਿਹੜੀ ਇਹ ਗਾਂ ਆਪਾਂ ਲੈ ਰਹੇ ਹਾਂ ਕਿ ਆਪਾਂ ਘਰੇ ਚੋਲਾਂਗੇ, ਕਿੰਨਾ ਉਹਦਾ ਪੋਤ ਲੈ ਲਾਂਗੇ। ਠੀਕ ਹੈ। ਫਿਰ ਮਾੜੀ ਗਾਂ ਲੈ ਕੇ ਭਾਅ ਜੀ ਫਾਰਮ 'ਚ ਕਾਮਯਾਬ ਨਹੀਂ। ਸਹੀ ਹੈ। ਹਰੇਕ ਬੰਦਾ ਆਪਣੇ ਕੋਲ ਵੀ ਆਉਂਦਾ ਤਾਂ ਆਸ ਲੈ ਕੇ ਆਉਂਦਾ ਕਿ ਚੰਗੀ ਗਾਂ ਲੈ ਕੇ ਜਾਣੀ। ਅੱਛਾ, ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖਦਾ ਰਹਿਸ਼ ਦਾ ਪ੍ਰਬੰਧ ਇੱਥੇ ਹੈ ਭਾਅ ਜੀ, ਇਹ ਰਹਿਸ਼ ਦਾ ਵੀ ਫੁੱਲ ਪ੍ਰਬੰਧ ਆ, ਤੇ ਆਪਾਂ ਹੱਥ ਬੰਨ ਕੇ ਹੀ ਬੇਨਤੀ ਕਰਦੇ ਹਾਂ ਵੀਰਾਂ ਨੂੰ, ਚਲੋ ਅੱਜ ਤੱਕ ਤਾਂ ਕਦੇ ਲਾਂਭਾ ਆਇਆ ਨਹੀਂ ਨਾ ਪਰਮਾਤਮਾ ਲਿਆਵੇ, ਕਿ ਜਿਹੜੀ ਗਾਂ ਸਾਡੇ ਕੋਲ ਸੂਈ ਹੋਈ ਆ ਆਪਣੀ ਤਸੱਲੀ ਕਰੋ, ਉਰੇ ਰਹਿ ਲਓ, ਸਾਡੇ ਕੋਲ ਹੈਗਾ ਚਾਹੇ 4 ਟਾਈਮ ਚਾਹੇ 5 ਟਾਈਮ। ਠੀਕ ਹੈ। ਪਿਛਲੀ ਵੀਡੀਓ ਦੇ ਵਿੱਚ ਆਪਾਂ ਇੱਕ ਗਾਂ ਪਾਈ ਸੀ, ਤੁਹਾਨੂੰ ਮੈਂ ਕਿਹਾ ਸੀ ਜੇ ਮੇਰੇ ਕੋਲ ਰਹੇਗੀ ਤਾਂ ਆਪਾਂ 40+ ਮਿਲਕਿੰਗ ਕਰਵਾ ਕੇ ਦੇਵਾਂਗੇ। ਸਹੀ ਹੈ। ਜਗਰਾਵਾਂ ਦੇ ਬੰਦੇ ਲੈ ਕੇ ਨੇ, ਨੰਬਰ ਬਕਾਇਦਾ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ ਸਾਰੀ, 5 ਟਾਈਮ ਉਹਨਾਂ ਨੇ ਮਿਲਕਿੰਗ ਕਰੀ ਆ, 45 ਤੋਂ ਮਤਲਬ 45-46 ਲੀਟਰ ਦੁੱਧ ਮੈਂ ਚਵਾ ਕੇ ਦਿੱਤੀ ਹੈ। 3 ਟਾਈਮ ਚੋ ਰਹੇ ਸੀ ਉਹਨੂੰ? 5 ਟਾਈਮ ਚੋਈ ਹੈ ਜੀ, ਆਪਾਂ ਚਾਹੁੰਦੇ 2 ਟਾਈਮ ਸੀ। ਅੱਛਾ, 2 ਟਾਈਮ ਹੀ ਚੋਰੇ? 2 ਟਾਈਮ ਦੀ ਮਿਲਕਿੰਗ, ਉਹਨਾਂ ਨੇ 5 ਟਾਈਮ ਚੋਈ। ਹਾਂਜੀ, 7 ਕਿਲੋ ਫੀਡ ਤੇ ਚੱਲਦੀ ਸਿਰਫ ਅਜੇ ਨਾਲੇ। ਠੀਕ ਹੈ। ਹਾਂਜੀ, ਖੋਲੀ ਬਾਈ ਨੂੰ। ਸੋ ਦੋਸਤੋ, ਦੇਖੋ ਇੱਕ ਪਹਿਲਾ ਸੂਆ ਸੂੰਦੀ, 2 ਦੰਦ ਵੈੜ, ਬਣਤਰ ਵਾਕਈ ਬਾਕਮਾਲ ਹੈ। ਬੈਕ ਸਾਈਡ ਤੋਂ ਚੜਾਈ ਨੋਟ ਕਰਿਓ ਜੀ, ਅੱਗੋਂ ਨੂੰ ਪਤਲੀ ਹੁੰਦੀ ਹੈ, ਦੁੱਧ ਵਾਲੇ ਪਸ਼ੂ ਦੀ ਇਹ ਨਿਸ਼ਾਨੀ ਰਹਿੰਦੀ ਹੈ। ਸੋਹਣਾ ਢਾਂਚਾ,
25 ਕਿਲੋ ਦੁੱਧ ਬਾਈ ਨੇ ਕਿਹਾ ਹੱਸ ਕੇ ਹੀ ਦੇਣਾ ਚਾਹੀਦਾ, ਇੱਦਾਂ ਦੀ ਇਹਦੀ ਬਣਤਰ ਹੈ। ਥਣ ਹੱਥੀ ਚਵਾਈ ਵਾਲਾ ਵੀ ਹੈ, ਫਾਰਮ ਦਾ ਕੰਮ ਕਰਨਾ ਚਾਹੁੰਦੇ ਹਾਂ ਤਾਂ ਬਰੀਡ ਚੰਗੀ ਹੈ ਢਾਂਚੇ ਵੱਲੋਂ ਵੀ, ਮਤਲਬ ਤੁਸੀਂ ਕਿੰਨਾ ਵੀ ਟਾਈਮ ਇਹਨੂੰ ਚੋ ਸਕਦੇ ਹੋ, ਕਿੰਨੇ ਵੀ ਸੂਏ ਤੋਂ ਲੈ ਸਕਦੇ। ਖੜਾ ਲਾ ਬੇਟਾ, ਸੋਹਣੀ ਲੱਤ। ਦੇਖੋ ਭਾਅ ਜੀ ਜਿਹੜੀ ਕੁਆਲਿਟੀ ਹੈ ਸਾਰੀ ਚੀਜ਼ਾਂ ਮੇਨ ਚੀਜ਼ ਹੈ, ਤੁਹਾਨੂੰ ਵੀ ਪਤਾ ਕਿ ਜਿਹੜੀ ਸ਼ਾਈਨ ਹੈ ਜੀ ਇਹ ਅੰਦਰੋਂ ਗਾਂ ਤੰਦਰੁਸਤ ਹੈ ਤਾਂ ਸ਼ਾਈਨ ਆਉਣੀ ਹੈ, ਕੋਈ ਨਵਾਈ ਨਹੀਂ ਹੋਈ ਸਾਡੀ, ਬਿਲਕੁਲ ਕੱਪੜਾ ਕੁਪੜਾ ਮਾਰ ਕੇ ਸਾਫ਼ ਕਰੀਆਂ ਹੋਈਆਂ ਨੇ ਜੀ। ਸ਼ਾਈਨ ਦਾ ਮਤਲਬ ਇਹੀ ਹੈ ਕਿ ਤੰਦਰੁਸਤ ਗਾਂ, ਬਾਕੀ ਲੇਵੇ ਦੀ ਬਣਤ ਦੇਖੋ ਬਿਲਕੁਲ ਸੀਲ ਠੰਡੀ ਹੈ ਜੀ। ਸੋ ਇਹਨੂੰ ਫਿਰ ਤੋਰੀ ਬਾਈ ਇੱਧਰ ਧੁੱਪ 'ਚ ਲਿਆਈ ਮਾੜਾ। ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ, ਜਿਵੇਂ ਬਾਈ ਨੇ ਕਿਹਾ ਵੀ ਚਮਕ ਜਿਹੜੀ ਆ ਉਹ ਤੰਦਰੁਸਤੀ ਦੀ ਨਿਸ਼ਾਨੀ ਹੈ। ਡਾਕਟਰੀ ਲੈਂਗੁਏਜ 'ਚ ਜੋ ਸਾਡੀ ਟ੍ਰੇਨਿੰਗ ਹੁੰਦੀ ਸੀ, ਕਦੇ ਡਾਕਟਰਾਂ ਨਾਲ ਵਾਹ ਪੈਂਦਾ ਸੀਗਾ, ਕੋਈ ਐਕਸਪਰਟ ਡਾਕਟਰ ਸਾਹਿਬ ਸਾਨੂੰ ਦੱਸਦੇ ਸੀ, ਉਹ ਕਹਿੰਦੇ ਸੀ ਵੀ ਇਹ ਗੇਜ ਹੈ, ਜਿਵੇਂ ਗੇਜ ਤੋਂ ਸਾਨੂੰ ਵਹੀਕਲ ਦੀ ਟੈਂਕੀ 'ਚ ਤੇਲ ਦਾ ਪਤਾ ਲੱਗਦਾ ਵੀ ਕਿੰਨਾ ਕੁ ਤੇਲ ਹੈਗਾ, ਤਾਂ ਇਹ ਇੱਕ ਗੇਜ ਹੈ ਜਿਹੜੇ ਵਾਲ ਆ ਉੱਪਰ ਜਿਹਨਾਂ 'ਚ ਚਮਕਾ, ਤਾਂ ਇਹਦਾ ਮਤਲਬ ਅੰਦਰੋਂ ਪਸ਼ੂ ਪੂਰੀ ਤਰ੍ਹਾਂ ਤੰਦਰੁਸਤ ਹੈ ਤਾਂ ਹੀ ਚਮਕਾ। ਸੋ ਮੇਨ ਗੱਲ ਆਪਾਂ ਇਸ ਵੈੜ ਦੀ ਜੇ ਕਰੀਏ ਦੱਸੋ ਤਾਂ ਢਾਂਚਾ ਬੜਾ ਸੋਹਣਾ, ਹਵਾਨਾ ਫਿਕਸ ਹੈ, ਹਜੇ ਸਪੇਸ ਦਿਸਦੀ ਹੈ, ਭਰੂਗੀ ਹਵਾਨਾ ਜਦੋਂ ਵੀ ਸੌਣ ਲੱਗੂਗੀ, ਦੈਨ 5-4 ਲੈ ਸਕਦੀ ਹੈ। ਬਾਕੀ ਤੁਹਾਡੀ ਸਮਝ ਹੈ ਵੀ ਤੁਸੀਂ ਗਾਂ ਨੂੰ ਇਹ ਤੁਸੀਂ ਕਿਸ ਭਾਅ ਦੇ ਵਿੱਚ ਖਰੀਦਣਾ ਚਾਹੁੰਦੇ ਹੋ, ਉਹਦੇ ਲਈ ਕੰਟੈਕਟ ਬਾਈ ਹੋਰਾਂ ਨਾਲ ਕਰਨਾ ਪਊਗਾ। ਸੋ ਪਹਿਲੇ ਨੰਬਰ 'ਤੇ ਬਹੁਤ ਸੋਹਣੀ ਵੈੜ ਤੁਹਾਨੂੰ ਦਿਖਾਤੀ, ਦੋ ਨੰਬਰ ਦੇ ਉੱਤੇ ਵਰਿੰਦਰ ਬਾਈ ਦੋ ਨੰਬਰ ਵਾਲੀ ਤੋਰਾਂਗੇ ਆਪਾਂ ਜੀ। ਦੋ ਨੰਬਰ 'ਤੇ ਵੀ ਦੋ ਦੰਦ ਹੈ ਜੀ ਇਹ, ਜਰਸੀ ਹੈ ਜੀ, ਸਪੇਸ ਪਈ ਆ, ਹਜੇ ਟਾਈਮ ਲੈ ਜੂਗੀ ਆਰਡਰ, ਪਰ ਜਿੰਨਾ ਵੀ ਬਣਾਊਗੀ ਫਿਕਸ ਹੀ ਰੱਖਣਾ ਜੀ ਹਜੇ। ਸਹੀ ਹੈ, ਅੱਗੇ ਨੂੰ ਵੀ ਬਹੁਤ ਚੰਗਾ ਜੀ, ਥਣ ਦਾ ਸਾਈਜ਼ ਚਾਹੇ ਬੰਦਾ ਹੱਥ ਨਾਲ ਚੋਲ ਲਵੇ, ਬਾਕੀ ਲੈਂਥ ਲੁੰਥ ਲੰਬਾਈ ਚੜਾਈ ਟੋਪ ਲਾਈਨ ਬਿਲਕੁਲ ਸਿੱਧੀ ਹੈ ਜੀ। ਠੀਕ ਹੈ, ਅੱਛਾ ਇਹ ਤਾਂ ਦਿਨ ਕਿੰਨੇ ਅੰਦਾਜ਼ਾ ਲਊਗੀ? ਦਿਨ ਭਾਅ ਜੀ ਦੇਖੋ ਹਫ਼ਤਾ ਤਾਂ ਲੈਊਗੇ ਜੀ ਹਜੇ। ਠੀਕ ਹੈ, ਜੇ ਮਨ ਲਾ ਗਈ ਜਿਵੇਂ ਹੁਣ ਆਪਣੇ ਕੋਲ ਖੜੀ ਹੈ ਜੀ ਰੇਤੇ 'ਚ ਖੜੀ ਹੈ, 10-11 ਦਿਨ ਵੀ ਲੈ ਸਕਦੀ ਆ। ਬਾਕੀ ਬਿਊਟੀ ਬਿਊਟੀ ਅਤੇ ਬਾਕਮਾਲ ਚੀਜ਼ ਹੈ ਜੀ, ਸ਼ਾਈਨ ਦੇਖੋ ਇਹਦੀ। ਦੱਸੋ ਇਹ ਵੀ ਬੜੀ ਸੋਹਣੀ ਵੈੜ ਹੈ, ਸੂਆ ਪਹਿਲਾਂ ਸੁਣਦੀ ਹੈ, ਜ਼ਿਆਦਾ ਪੱਖ ਜਰਸੀ ਦਾ, ਅਗਾੜੀ ਚੰਗੀ ਹੈ, ਹਵਾਨਾ ਸੋਹਣਾ, ਇਹਦਾ ਵੀ ਢਾਂਚਾ ਬੜਾ ਚੰਗਾ, ਬਹੁਤ ਸੋਹਣੀ ਵੱਛੀ ਹੈ। ਦੱਸੋ ਪਸੰਦ ਆਊਗੀ, ਜੇ ਕੋਈ ਵੀਰ ਜਰਸੀ ਅਤੇ HF ਦਾ ਸ਼ੌਂਕ ਰੱਖਦਾ ਤਾਂ ਦੋਨੇ ਨਸਲਾਂ ਮਿਕਸ, ਦੋ ਦੰਦ ਕਨਫਰਮ। ਵੇਖੋ ਬਣਤਰ ਵੱਛੀ ਦੀ, ਇੱਧਰੋਂ ਹੀ ਮੋੜ ਲਈ ਬਈ ਇੱਧਰ ਨੂੰ। ਸੋ ਅੱਗੋਂ ਫੇਸ ਦੇਖ ਲਓ, ਪਰਲੇ ਪਾਸੇ ਨੂੰ ਲੈ ਜੀ, ਇੱਧਰੋਂ ਸੂਰ 'ਚ ਪੈਂਦਾ ਚਾਨਣ ਅੱਗੋਂ। ਹਾਂ ਲੈ ਚੱਲ ਉੱਧਰ। ਇਹ ਚੀਜ਼ ਭਾਅ ਜੀ ਜੇ ਆਪਾਂ ਮੇਲੇ 'ਚ ਵੀ ਲਾ ਕੇ ਖਟਾਉਣੀ ਹੋਵੇ ਤਾਂ ਦੱਸੂਗੀ ਮੇਲੇ 'ਚ ਖੜੀ ਵੀ ਜੀ। ਬੜਾ ਸੋਹਣਾ ਢਾਂਚਾ ਦੱਸੋ, ਇੱਕ ਤਾਂ ਹੈ ਦੋ ਦੰਦ, ਦੂਜੀ ਗੱਲ ਥਣ ਹਵਾਨਾ ਚੰਗਾ, ਰੰਗ ਵੱਖਰਾ ਸੋਹਣਾ ਲੱਗਦਾ, ਵੱਖਰਾ ਅਲੈਦਾ ਜਾਨਵਰ ਖੜਾ ਹੋਊਗਾ ਤੁਹਾਡੇ ਕੋਲ ਜਿਹੜਾ ਵੀਰ ਖਰੀਦਦਾ। ਦੋਨਾਂ ਨੂੰ ਜੇ ਆਪਾਂ ਆਪਸ ਵਿੱਚ ਕੰਪੇਅਰ ਕਰਦੇ ਹਾਂ ਤਾਂ ਦੱਸੋ ਦੋਨੇ ਹੀ ਮਨ ਖਿੱਚਦੀਆਂ। ਜੇ ਕੋਈ ਵੀਰ ਨਵੀਂ ਸ਼ੁਰੂਆਤ ਕਰ ਰਿਹਾ ਫਾਰਮ ਦੀ ਤਾਂ ਭਾਵੇਂ ਦੋਨੇ ਵੱਛੀਆਂ ਹੀ ਖਰੀਦ ਲਿਓ, ਬੜੀਆਂ ਸੋਹਣੀਆਂ ਲੱਗਣਗੀਆਂ ਫਾਰਮ 'ਚ ਖੜੀਆਂ। ਅਤੇ ਨਵਾਂ ਹਾਣ ਫਾਇਦਾ ਇਹ ਹੁੰਦਾ ਵੀ ਇਹ ਛੇਤੀ ਬਿਮਾਰ ਨਹੀਂ ਹੁੰਦਾ ਕਿਉਂਕਿ ਯੰਗ ਬਲੱਡ ਹੈ, ਐਨਰਜੀ ਹੁੰਦੀ ਹੈ। ਇਹਦੂ ਬਾਅਦ 'ਚ ਤੁਹਾਨੂੰ ਇੱਕ ਵਾਈਟ ਰੰਗ ਦੇ ਵਿੱਚ ਥੋੜ੍ਹੇ ਕਾਲੇ ਡੱਬ, ਬਹੁਤ ਸੋਹਣੀ ਵੱਛੀ ਦਿਖਾਉਣੇ ਹੈ। ਬਾਈ ਇਹਦੀ ਕੀ ਡਿਟੇਲ ਹੈ? ਬਾਈ ਜੀ ਚਾਰ ਦੰਦ ਹੋ ਰਹੀ ਹੈ ਜੀ ਹਜੇ, ਆਪਾਂ ਚਾਰ ਦੰਦ ਮੰਨਾਂਗੇ ਜੀ, ਟਾਈਮ ਅਜੇ ਹਜੇ 15 ਦਿਨ ਪਏ ਨੇ ਜੀ ਆਰਡਰ ਦੀ। ਦੇਖ ਲਓ ਜੀ ਅੱਗੇ ਬਣਤਰ ਦੇਖੋ ਕਿਆ ਕਮਾਲ ਹੈ ਜੀ, ਉੱਪਰੋਂ ਅਟੈਚ ਹੈ, ਅਟੈਚਮੈਂਟ ਦੇਖੋ ਉੱਪਰ ਕਿੱਥੇ ਹੈ ਜੀ, ਲਿਆਵੋਗੇ ਖੋਲ ਕੇ ਮੇਰੇ? ਸੋ ਦੱਸੋ ਅਜੇ 15 ਦਿਨ ਲਊਗੀ ਖੁੱਲਣ 'ਤੇ, ਤੁਸੀਂ ਖੜ ਨਹੀਂ ਦੇਖਿਓ ਵੱਛੀ ਦੀ ਜੀ, ਖੁੱਲ੍ਹੇ ਫਾਰਮ 'ਚੋਂ ਆਈ ਹੈ ਜੀ, ਕਦੇ ਰੱਸੀ ਵੀ ਨਹੀਂ ਪਈ ਹੋਈ ਫਾਰ, ਇਕੱਲੀ ਇਕੱਲੀ ਗਾਂ ਦੀ ਆਪਾਂ ਡਿਟੇਲ ਦੇ ਸਕਦੇ ਹਾਂ ਕਿਹੜੇ ਕਿਹੜੇ ਫਾਰਮ 'ਚੋਂ ਕਿਵੇਂ ਕਿਵੇਂ ਲਈਆਂ ਨੇ ਆਪਾਂ ਜੀ। ਠੀਕ ਹੈ, ਛੋਟਾ ਕੰਨ ਹੈ, ਬਿਊਟੀ ਦੇਖੋ ਕਿੱਥੇ ਹੈ ਜੀ, ਲੈਗ ਸਕੋਰ ਬਿਲਕੁਲ ਸਿੱਧਾ, ਇਹਦੀ ਵੀ ਬਣਤਰ ਦੇਖੋ, ਇਹ ਨਗੀਨੇ ਹੀ ਹੈ। ਦੱਸੋ ਤਿੰਨ ਵਹਿੜਾਂ ਜਿਹੜੀਆਂ ਤੁਹਾਨੂੰ ਤੀਜੇ ਨੰਬਰ 'ਤੇ ਦਿਖਾ ਰਹੇ ਹਾਂ, ਤੁਹਾਡੀ ਚੁਆਇਸ ਆਪੋ ਆਪਣੀ ਹੈ, ਰੇਟ ਬਾਈ ਤੋਂ ਕਨਫਰਮ ਹੋਣਗੇ ਕਿਹੜੀ ਬਰੀਡ ਖਰੀਦਣੀ ਚਾਹੁੰਦੇ ਹੋ ਜਾਂ ਕਿਹੜੀ ਵਹਿੜ।
ਹਾਂ ਜੇ ਕੋਈ ਵੀਰ ਪਹਿਲਣ ਖਰੀਦਣਾ ਚਾਹੁੰਦਾ ਤਾਂ ਉਹਦੇ ਵਾਸਤੇ ਤਿੰਨ ਹੀ ਬਹੁਤ ਸੋਹਣੇ ਆ, ਸੋ ਤਿੰਨ ਤੁਹਾਨੂੰ ਦਿਖਾਤੀਆਂ, ਟੋਟਲ ਨਾਗ ਤੁਹਾਨੂੰ 8 ਕੁ ਦਿਖਾਉਣੇ ਆ, ਜਿਹਦੇ 'ਚ 4 ਸੂਈਆਂ ਸਵਾਈਆਂ ਦਿਖਾ ਦਿਆਂਗੇ, 4 ਹੀ ਗੱਬਣ, ਬਾਹਲੀ ਲੰਬੀ ਵੀਡੀਓ ਨਹੀਂ ਲੈ ਜਾਂਦੇ। ਬੈਠ ਦੇਖੋ ਇਹ ਵੀ, ਉੱਤੋਂ ਬਿਲਕੁਲ ਸਿੱਧੀ ਲੱਤਾਂ ਦਾ ਸਾਈਜ਼ ਦੇਖ ਸਕਦੇ ਹੋ, ਸਿੱਧੀਆਂ ਬਿਲਕੁਲ ਲੱਤਾਂ, ਢਾਂਚੇ 'ਚ ਕਿਤੋਂ ਵੀ ਵੀਕ ਪੁਆਇੰਟ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਇਹੋ ਜਿਹੀ ਚੀਜ਼ ਭਾਅ ਜੀ ਖੜਦੀ ਤਾਂ ਨਹੀਂ ਹੁੰਦੀ, ਮੈਂ ਵੈਸੇ ਗੱਲ ਐਡ ਕਰ ਦਿੰਦਾ, ਜੇ ਮੇਰੇ ਕੋਲ ਖੜ ਗਈ ਤਾਂ ਆਪਾਂ ਜਿੱਦਣ ਤਿਆਰ ਹੋਊਗੀ ਉੱਦਣ ਦੀ ਵੀਡੀਓ ਆਪਾਂ ਤੁਹਾਡੇ ਚੈਨਲ 'ਤੇ ਦੁਬਾਰਾ ਸਪੈਸ਼ਲੀ ਬਣਵਾਵਾਂਗੇ ਜੀ। ਠੀਕ ਹੈ, ਸੋ ਸ਼ਾਇਦ ਹੋ ਸਕਦਾ ਦੋਸਤੋ ਇਹਦੇ ਨਾ ਆਵੇ, ਕਿਉਂਕਿ ਇੱਦਾਂ ਦੀਆਂ ਵਹਿੜਾਂ ਜਿਹੜੀਆਂ ਉਹਦੇ ਗਾਹਕ ਬਥੇਰੇ ਹੈ। ਪਹਿਲਣ ਵਹਿੜ ਦਾ ਫਾਇਦਾ ਇਹ ਹੁੰਦਾ ਵੀ ਜਿੰਨੇ ਦੀ ਖਰੀਦ ਲਓਗੇ ਦੂਜੇ ਸੂਏ 'ਚ ਉਦੋਂ ਵੱਧ ਕੇ ਵਿਕ ਜਾਣੀ ਹੈ, ਇੱਕ ਸੂਆ ਤੁਸੀਂ ਦੁੱਧ ਚੋ ਲਓਗੇ ਪਲੱਸ ਬੱਚਾ ਜੇ ਵੱਛੀ ਦੇ ਦਿੰਦੀ ਹੈ ਤਾਂ ਤੁਹਾਡਾ ਬਹੁਤ ਵੱਡਾ ਫਾਇਦਾ ਕਰਕੇ ਜਾਊ। ਇਹ ਤੋਂ ਬਾਅਦ 'ਚ ਬਾਈ 4 ਨੰਬਰ 'ਤੇ ਵਹਿੜ ਹੈ ਜਿਹੜੀ ਜੀ, 4 ਨੰਬਰ 'ਤੇ ਵੀ ਪ੍ਰੋਪਰ 4 ਦਾ ਹੁੰਦਾ ਜੀ ਪਹਿਲਾ ਸੂਆ, ਉੱਥੋਂ ਦੀ ਵੀਡੀਓ ਸ਼ੁਰੂ ਕਰੀ ਆ ਜੀ, ਚੜ੍ਹਦੀ ਚੜ੍ਹਦੀ ਗਾਂ ਆ ਰਹੀ ਹੈ ਜੀ, ਬਰੀਡ ਕੁਆਲਿਟੀ ਵਿੱਚ ਵੀ ਅਤੇ ਆਰਡਰ ਕੁਆਲਿਟੀ ਦੇਖੋ ਫਿਕਸ ਪੂਰਾ ਜੀ। ਸਹੀ ਕਿਥਾ ਡਿਟੇਲ ਦੁਆਰਾ ਦੱਸ ਦਿਓ ਜੀ। 4 ਦੰਦ ਆ ਭਾਅ ਜੀ, ਹਜੇ 15 ਦਿਨ ਪਏ ਨੇ ਜੀ। ਇਹਦਾ ਸੂਆ ਕਿਹਨੂੰ ਆ? ਪਹਿਲਾ ਸੂਆ ਜੀ, 4 ਦੰਦ ਪਹਿਲਾ ਸੂਆ, ਦੂਜੀ ਨਾਲੋਂ ਥੋੜ੍ਹੀ ਵੱਡੀ ਹੈ ਇਹ ਵੈੜ, ਹਾਲਾਂਕਿ ਬਰੀਡ ਕੁਆਲਿਟੀ ਉਹਦੀ ਵੀ ਟੋਪ ਦੀ ਆ, ਪਰ ਉਦੋਂ ਥੋੜ੍ਹੀ ਜੇ ਵੱਡੇ ਢਾਂਚੇ ਦੀ ਹੈ, ਖਵਾਨਾ ਇਹਦਾ ਵੀ ਫਿਕਸ ਰਹੂਗਾ, ਸੋ ਹਜੇ ਦਿਨ ਲੈਂਦੀ ਹੈ ਸੋਨ 'ਚ। ਇਹ 4 ਨੰਬਰ 'ਤੇ ਤੁਹਾਨੂੰ ਵੈੜ ਦਿਖਾ ਰਹੇ ਹਾਂ, 4 ਦੰਦ ਦੀ। ਇਹਦੇ ਪੇਟ ਦਾ ਸਾਈਜ਼ ਦੇਖਿਓ, ਇਹ ਗਾਵਾਂ ਜਦੋਂ ਖੁਰਾਕ ਖਾਂਦੀਆਂ ਤਾਂ ਫਿਰ ਦੁੱਧ ਕੱਢਦੀਆਂ, ਅਤੇ ਖੁਰਾਕ ਖਾਣ ਵਾਸਤੇ ਆਪਾਂ ਨੂੰ ਪਤਾ ਵੀ ਸਟਰਕਚਰ ਵੱਡਾ ਚਾਹੀਦਾ, ਛੋਟਾ ਬੰਦਾ ਘੱਟ ਖੁਰਾਕ ਖਾਊਗਾ, ਐਵੇਂ ਹੀ ਪਸ਼ੂਆਂ ਦਾ ਹਿਸਾਬ ਹੈ। ਬੰਦੇ ਬਾਈ ਬਹੁਤ ਸੋਹਣੀ ਵੱਛੀ ਦੋਸਤੋ, ਇਹ 4 ਨੰਬਰ ਦੇ ਉੱਤੇ ਹੈ। ਦੂਜੀਆਂ ਕੁਛ ਗਾਵਾਂ ਹਜੇ ਹੋਰ ਖੜੀਆਂ, ਮੈਂ ਜਿਵੇਂ ਪਹਿਲਾਂ ਦੱਸਿਆ ਸੀ ਵੀ 4 ਨਾਗ ਤੁਹਾਨੂੰ ਅਸੀਂ ਤੋਰ ਕੇ ਦਿਖਾਤੇ ਹੈ ਬਈ, ਇਹ ਗਾਵਾਂ ਫਿਰ ਵੈਸੇ ਡਿਟੇਲ ਮਾੜੀ ਮਾੜੀ ਦੱਸ ਦਿਓ ਇਹਨਾਂ ਦੀ ਜਦੋਂ ਇਹ ਖੜੀਆਂ ਹੀ ਆ ਸਾਹਮਣੇ। ਵੀ ਜੀ ਦੂਜਾ ਸੂਆ ਜੀ ਇਹ, ਅਤੇ ਟਾਈਮ ਪਿਆ ਜੀ 10 ਤੋਂ 12 ਦਿਨ ਹਜੇ, 32 ਕਿਲੋ ਦੁੱਧ ਚਵਾਇਆ ਹੋਇਆ, 35 ਕਿਲੋ ਦੀ ਮਿਲਕਿੰਗ ਕਰਵਾ ਦੂਗੀ ਇਹ ਜੀ। ਠੀਕ ਹੈ, ਅਤੇ ਤੋਰਾਂਗੇ ਆਪਾਂ ਸਿਲੈਕਟਡ ਜੀਆਂ ਗਾਵਾਂ ਜੀ, ਆਰਡਰ ਕੁਆਲਿਟੀ ਇਹਦੀ ਬਾ ਕਮਾਲ ਆ, ਥਣ ਵੀ ਚੰਗਾ ਲੱਗਿਆ ਹੋਇਆ ਅਤੇ ਵੇਨਸ ਵੂਨਸ ਪੂਰੀਆਂ ਪ੍ਰੋਪਰ ਨੇ, ਵੈਸੇ ਬਹੁਤ ਸੋਹਣੀ ਵੈੜ ਆ ਦੱਸੋ, ਫਿਕਸ ਹਵਾਨਾ ਹੈ, ਥਣ ਦਾ ਸਾਈਜ਼ ਸੋਹਣਾ, ਥਣਾਂ 'ਚ ਬਿੱਥੀ ਚੰਗੀ ਹੈ, ਢਾਂਚਾ ਵੀ ਬਹੁਤ ਸੋਹਣਾ ਵੈੜ ਦਾ। ਇਦੋਂ ਅੱਗੇ ਵੈਸੇ ਹੀ ਦੱਸ ਦਿਓ ਜੀ ਡਿਟੇਲ ਇਹਨਾਂ ਦੀ। ਵੀ ਜੀ ਦੂਜਾ ਸੂਆ ਜੀ ਇਹ, ਅਤੇ ਫੇਸ ਕੁਆਲਿਟੀ ਇਹਦੀ ਬਾ ਕਮਾਲ ਹੈ ਜੀ, ਇਹਦਾ ਟਾਈਮ ਪਿਆ ਜੀ ਹਜੇ ਮਹੀਨੇ ਵਾਂਗੂ ਜੀ। ਠੀਕ ਹੈ, ਅਤੇ ਟੋਪ ਦੀ ਬਰੀਡ ਹੈ ਜੀ, 38-39 ਕਿਲੋ ਦੁੱਧ ਚਵਾਇਆ ਹੋਇਆ ਇਹਦਾ ਜੀ, ਅਤੇ ਜਦ ਮਹੀਨੇ 'ਤੇ ਤਿਆਰ ਹੋਣਾ ਤੁਹਾਨੂੰ ਵੀ ਪਤਾ ਜੀ, ਜ਼ਮੀਨ ਅਸਮਾਨ ਦਾ ਵੱਟਾ ਪੈ ਜਾਂਦਾ ਜਦ ਤਿਆਰ ਹੁੰਦਾ ਜਾਨਵਰ ਜੀ। ਸਹੀ ਹੈ, ਹਾਂਜੀ, ਲਾਸਟ ਆਪਾਂ ਤੋਰ ਕੇ ਦਿਖਾ ਦਿੰਦੇ ਹਾਂ ਜੀ, ਲਿਆ ਹੋਲਡਰ ਲਿਆ ਬਗੇ, ਇਹ ਤੀਜੇ ਸੂਏ ਹੈ ਜੀ, ਫਾਰਮ 'ਚੋਂ ਆਪਾਂ ਪਰਚੇਜ਼ ਕਰੀ ਹੈ, ਦੂਜੇ ਸੂਏ 45-46 ਕਿਲੋ ਦੁੱਧ ਪਾਇਆ ਹੋਇਆ ਜੀ। ਠੀਕ ਹੈ, ਅਤੇ ਟਾਈਮ ਹਜੇ 15 ਦਿਨ ਵਾਂਗੂ ਲੈ ਜੂਗੀ ਜੀ। ਠੀਕ ਹੈ, ਆਰਡਰ ਪਿੱਛੋਂ ਵੀ ਬਹੁਤ ਚੰਗਾ ਅਤੇ ਅਗਾੜੀ ਵੀ ਬਹੁਤ ਅੱਗੇ ਤੱਕ ਜਾਂਦੀ ਹੈ ਜੀ। ਸੋ ਦੱਸੋ ਹਵਾਨਾ ਤਾਂ ਖੈਰ ਬੈਕ ਸਾਈਡ ਤੋਂ ਦਿਸਦਾ, ਥਣ ਇਹਦੇ ਵੀ ਹੱਥੀ ਚਵਾਈ ਵਾਲੇ, ਪਰ ਇਹਨੇ ਦੁੱਧ ਇੰਨਾ ਕਰਮ ਵਾਲੀ ਨੇ ਦੇਣਾ ਵੀ ਇਹ ਤੁਹਾਨੂੰ ਮਸ਼ੀਨ ਨਾਲ ਹੀ ਚੋਣੀ ਪੈਣੀ ਹੈ। ਢਾਂਚਾ ਦੇਖ ਲਓ ਤੁਸੀਂ, ਜੇ ਨਹੀਂ ਭੱਜੂਗੀ ਤਾਂ ਫਿਰ ਦੂਜੀਆਂ ਉੱਧਰੋਂ ਅੱਗੋਂ ਦਿਖਾ ਦਿੰਦੇ, ਤੋੜ ਦਿੰਦੇ ਹਾਂ ਜੀ, ਪਤਾ ਲੈਣਾ ਜਾਨਵਰ ਦਾ। ਸੋ ਦੱਸੋ ਇਹ ਗਾਂ ਤੋੜ ਲੈਂਦੀ ਹਾਂ, ਤੋੜ ਦੇ ਰੱਸੀ ਨਾਲੇ ਆਰਾਮ ਨਾਲ ਲੈ ਜੀ, ਉੱਧਰ ਨੂੰ ਲੈ ਜੀ ਗਾਂ ਵਾਲ, ਉੱਧਰ ਨੂੰ ਲੈ ਜੀ ਉੱਪਰ ਨੂੰ। ਸੋ ਦੇਖੋ ਢਾਂਚਾ ਸੋਹਣਾ, ਹਵਾਨਾ ਦੱਸੋ, ਬੰਦੇ ਬਈ ਲਿਆ ਕੇ। ਸੋ ਇਹ ਤੁਹਾਨੂੰ ਇੱਕ ਹੋਰ ਗਾਂ ਨਾਲ ਤੋਰ ਕੇ ਦਿਖਾਤੀ ਹੈ, ਇਹ ਤੋਂ ਇਲਾਵਾ ਇਹ ਗਾਵਾਂ ਬੈਠੀਆਂ ਸਾਰੀਆਂ ਵਿਕਰੀ ਵਾਲਾ ਮਾਲ ਹੀ ਆ ਦੋਸਤੋ, ਇੱਥੇ ਜਿਹੜਾ ਤੁਹਾਨੂੰ ਇੱਧਰ ਦਿਖਾ ਰਹੇ ਹਾਂ, ਦੋ ਗਾਵਾਂ ਇੱਧਰ, ਜਿਹੜੀ ਇੱਕ ਇਹ ਵੈੜ ਬਈ ਆਪਾਂ ਦਿਖਾਉਣੀ ਹੈ ਪਹਿਲੇ ਭਾਅ ਜੀ। ਠੀਕ ਹੈ, ਕਿਹਨਵਾਂ ਸੂਆ ਸੂਈ ਹੈ? ਪਹਿਲਾਂ ਸੂਆ ਸੂਈ ਆ ਭਾਅ ਜੀ। ਠੀਕ ਹੈ, ਸਵੇਰੇ 6 ਵਜੇ ਸੂਈ ਆ ਜੀ, ਵੱਛੀ ਨੂੰ ਇਹਨੇ ਜਨਮ ਦਿੱਤਾ, 66 ਸੀਮਨ ਲੱਗਿਆ ਹੋਇਆ ਸੀਗਾ, ਅਤੇ 4 ਦੰਦ ਹੋ ਰਹੀ ਆ ਜੀ, ਹਜੇ 2 ਕੰਪਲੀਟ ਕਰੇ ਨੇ, 4 ਚੌਥੇ ਦਾ 1 ਸਿੱਟ ਲਿਆ। ਠੀਕ ਹੈ, ਹਾਂਜੀ, ਖੋਲੀ ਬਈ ਨੂੰ, ਥਣ ਦੇਖਿਓ ਦੋਸਤੋ ਕਿੰਨਾ ਬਿੱਥੀ ਦੇ ਉੱਤੇ ਲੱਗਾ, ਫਿਕਸ ਹਵਾਨਾ,
ਥਣਾ 'ਚ ਪਿੱਛੇ ਦੇਖ ਲਓ ਦੋ ਸ਼ਾਖਾਂ ਵੈਸੇ ਜਿਹੜੀਆਂ ਦਿਸਦੀਆਂ ਹੁੰਦੀਆਂ ਉਹ ਦਿਸਦੀਆਂ ਹੀ ਆ ਕਲੀਅਰ, ਇਹ ਬੋਲਣ ਦੀ ਵੀ ਨਹੀਂ ਲੋੜ। ਪਰ ਦੁੱਧ ਚੁਆਈ ਵਾਲਾ ਥਾਂ ਨੱਥੀ ਚੁਆਈ ਵਾਲਾ ਬਹੁਤ ਸੋਹਣਾ, ਪਹਿਲਣ ਵੈੜ ਇਹਦੇ ਵੀ ਪੇਟ ਦਾ ਸਾਈਜ਼ ਤੁਸੀਂ ਦੇਖੋ। ਰੇਤੇ ਵੱਲ ਨੂੰ ਚੜਾ ਲਈ ਬਾਈ, ਆਰਡਰ ਦੀ ਅਟੈਚਮੈਂਟ ਭਾਅ ਜੀ ਆ ਗਾੜੀ ਪਛਾੜੀ ਉੱਪਰੋਂ ਸਿੱਧੀ ਸੁੱਧੀ ਬਹੁਤ ਜ਼ਿਆਦਾ ਜੀ। ਕਿੰਨਾ ਕੁ ਦੁੱਧ ਚੋਇਆ ਹੋਊਗਾ ਇਹਦਾ ਕੋਈ ਹੈ ਅੰਦਾਜ਼ਾ? ਜਾਂ ਭਾਅ ਜੀ ਦੇਖੋ ਐਵੇਂ ਝੂਠ ਬੋਲਣ ਵਾਲੀ ਉਹ ਗੱਲ ਹੈ ਜੀ, 35 ਲੀਟਰ ਬੜਾ ਹੱਸਕੇ ਚਵਾ ਦੂਗੀ ਜੀ। ਠੀਕ ਹੈ, 8-9 ਕਿਲੋ ਆਪਾਂ ਬੋਲੀ ਬੱਚੇ ਨੂੰ ਪਿਲਾ ਕੇ ਕੱਢੀ ਹੈ, ਬੱਚੀ ਨੂੰ ਪਤਾ ਵੀ ਨਹੀਂ ਹੈਗਾ ਹਜੇ ਜੀ। ਠੀਕ ਹੈ, ਦੱਸੋ ਵਾਕਈ ਇਹ ਬੜੇ ਚੰਗੇ ਹਵਾਨੇ ਦੀ, ਸੋਹਣਾ ਥਣ ਦਾ ਸਾਈਜ਼ ਦੇਖੋ ਭਾਅ ਜੀ, ਪੇਟੇ ਦੇ ਵਿੱਚੋਂ ਇਹ ਸਾਰਾ ਕੁਝ ਨਿਕਲਣਾ ਜੀ, ਪੇਟਾ ਦੇਖੋ ਕਿੱਡਾ, ਪਸਲੀਆਂ ਦਾ ਸਾਈਜ਼ ਕਿੱਡਾ ਜੀ। ਲੈ ਚੱਲੀ ਬਾਈ ਬੰਦੇ ਥੱਲੋਂ ਸਟਰੋਂਗ, ਇੰਨੀ ਕੁ ਜ਼ਿਆਦਾ ਜਿੰਨੇ ਮਰਜ਼ੀ ਬੰਦਾ ਸੂਏ ਪੀ ਲਵੇ ਜੀ, ਇਹਨੇ ਇਹੋ ਜਿਹੀ ਰਹਿਣਾ। ਬੰਦੇ ਫਿਕਸ ਬਿਲਕੁਲ ਹਵਾਨਾ ਦੱਸੋ, ਅਤੇ ਹਵਾਨੇ ਦੇ ਉੱਤੇ ਭਲੂਣ ਕਿਉਂਕਿ ਜੇ ਸੂਈ ਤਾਜ਼ੀ ਹੈ ਤਾਂ ਰਹਿਣੀ ਹੈ। ਵੈਸੇ ਥਣ ਹੱਥੀਂ ਚਵਾਈ ਵਾਲਾ ਹੈਗਾ, ਤੁਸੀਂ ਭਾਵੇਂ ਬਿਨਾਂ ਮਸ਼ੀਨ ਤੋਂ ਇਹਦੀ ਮਿਲਕਿੰਗ ਕਰ ਲਓ, ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ। 7 ਨੰਬਰ ਦੇ ਉੱਤੇ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ, ਦੱਸੋ ਇਹ ਫਾਰਮ ਦੀ ਬਰੀਡ ਜਿਹੜੀ ਆ, ਥੋੜ੍ਹਾ ਬਹੁਤਾ ਇਹ ਭੱਜ ਨੱਸ ਕਰਦੀਆਂ ਹੁੰਦੀਆਂ, ਕੁਛ ਕੁ ਦਿਨ ਇਹ ਪਸ਼ੂ ਲੈਂਦੇ ਆ, ਜਦੋਂ ਰੱਸੇ ਦੀ ਆਦਤ ਪੈ ਜੇ ਫਿਰ ਪਸ਼ੂ ਖੜਨ ਲੱਗ ਜਾਂਦਾ ਹੁੰਦਾ। ਸਟਰਕਚਰ ਇਹਦਾ ਵੀ ਦੇਖੋ ਬਾਈ, ਡਿਟੇਲ ਦੱਸ ਦਿਓ ਜੀ। ਭਾਅ ਜੀ 2 ਦੰਦ ਹੈ ਜੀ ਇਹ, ਵੱਛੀ ਨੂੰ ਇਹਨੇ ਜਨਮ ਦਿੱਤਾ ਜੀ। ਮੰਨ ਕੇ ਚਲੋ 19-21 ਦਾ ਹੀ ਫਰਕ ਹੈ ਜੀ, ਉਹਦਾ ਥੋੜ੍ਹਾ ਜਿਹਾ ਵਜ਼ਨ 2 ਕੁਇੰਟਲ ਵੱਧ ਹੋਊਗਾ ਜੀ, ਇਹਦਾ ਵਜ਼ਨ ਉਨਾ ਕੁ, ਮਤਲਬ ਜਿੰਨੀ ਕੁ ਉਮਰ ਦਾ ਫਰਕ ਹੈ ਜੀ, ਉਸ ਹਿਸਾਬ ਨਾਲ ਆ, ਮਤਲਬ ਡਿੱਟੋ ਚੀਜ਼ ਇਹ ਨੇ ਜੀ। ਬਹੁਤ ਸੋਹਣੀ ਵੱਛੀ ਦੱਸੋ ਇਹ ਵੀ, 2 ਦੰਦ 26-27 ਕਿਲੋ ਤੋਂ ਤਾਂ ਪੋਲੇ ਜਿਹਾ ਹੱਥ ਚਵਾ ਦੂਗੀ, ਜੇ ਵਧੀਆ ਸੇਵਾ ਵਾਲਾ ਮਿਲ ਜੇ 30 ਨੂੰ ਟੱਚ ਕਰ ਸਕਦੀ ਆ, 30 ਤੋਂ ਬਾਹਰ ਵੀ ਜਾ ਸਕਦੀ ਹੈ ਜੀ। ਠੀਕ ਹੈ, ਕਿਉਂਕਿ ਇੱਦਾਂ ਦੀ ਬਰੀਡ ਦੇ ਵਿੱਚ ਭਾਅ ਜੀ ਆਰਡਰ ਬਹੁਤ ਘੱਟ ਮੈਟਰ ਕਰਦਾ, ਆਰਡਰ ਦੀ ਅਟੈਚਮੈਂਟ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਫਿਕਸ ਆਰਡਰ ਤੋਂ 40-40 ਕਿਲੋ ਦੁੱਧ ਲੋਕ ਲਈ ਜਾਂਦੇ ਨੇ। ਸਹੀ ਹੈ, ਸੋ ਹਵਾਨਾ ਫਿਕਸ ਜ਼ਿਆਦਾ ਦੁੱਧ ਕੱਢਦਾ ਹੁੰਦਾ, ਬਾਕੀ ਹਵਾਨਾ ਟੁੱਟਦਾ ਨਹੀਂ ਕਦੇ ਵੀ, ਜਿਹੜਾ ਫਿਕਸ ਹਵਾਨਾ। ਕਈ ਫਾਰਮ ਵੀਰ ਜਿਹੜੇ ਪੀੜੀਆਂ ਲਾ ਦਿੰਦੇ ਆ ਭਾਈ ਉਹ ਲੈ ਚੱਲੀ ਉੱਧਰ ਨੂੰ, ਇਹਦੇ ਹਵਾਨੇ ਇੱਦਾਂ ਦੇ ਤਿਆਰ ਕਰਨ 'ਤੇ ਫਿਕਸ ਹਵਾਨੇ ਦੇ ਉੱਤੇ ਹਰੇਕ ਦਾ ਫੋਕਸ ਰਹਿੰਦਾ ਚੰਗੇ ਫਾਰਮ। ਇੱਦਾਂ ਦੀ ਗਾਂ ਭਾਅ ਜੀ ਤਿਆਰ ਕਰਨ ਨੂੰ ਤੁਹਾਨੂੰ ਵੀ ਪਤਾ ਕਿ 18-20 ਸਾਲ ਲੱਗ ਜਾਂਦੇ ਨੇ, ਜਦ ਬੰਦੇ ਨੇ ਪਰਚੇਜ ਕਰ ਲੈਣੀ ਆ ਆਪੇ ਆਟੋਮੈਟਿਕਲੀ ਉਹਦਾ ਫਾਰਮ 18-20 ਸਾਲ ਅੱਗੇ ਚਲੇ ਜਾਣਾ ਜੀ। ਵਰਿੰਦਰ ਭਾਈ ਇਹਦੇ ਨਾਲ ਬੱਚਾ ਆਪਾਂ ਨਹੀਂ ਦੱਸਿਆ ਸ਼ਾਇਦ, ਫੀਮੇਲ ਹੈ ਜੀ। ਅੱਛਾ ਇਹਦੇ ਨਾਲ ਵੀ ਵੱਛੀ? ਹਾਂਜੀ ਵੱਛੀ ਹੈ ਜੀ ਇਹਦੇ ਨਾਲ ਵੀ ਜੀ। ਦੱਸੋ ਬੱਚਾ ਵੱਛੀ ਵੱਛੀ ਬਾਈ ਠਾਊਗਾ, ਵੇਖਿਓ ਤੁਸੀਂ ਨੋਟ ਕਰਿਓ ਵੱਛੀ। ਇਹ ਵੀ ਰਾਤ ਹੀ ਸੂਈ ਹੈ? ਇਹ ਰਾਤ ਸੂਈ ਹੈ ਜੀ, ਮਤਲਬ 12 ਵਜੇ ਦਾ ਗੇਟ ਛੋਕੇ ਸੂਈ ਜੀ, ਇਹਦੀ ਬਿਲਕੁਲ ਗਰੰਟੀਆਂ ਨੇ। ਬੜੀ ਸੋਹਣੀ ਵੱਛੀ ਹੈ, ਸ਼ਾਇਦ ਹੋ ਸਕਦਾ ਵੈਸੇ ਤਾਂ ਰੰਗ ਬਲੈਕ ਹੀ ਕੱਢੂਗੀ, ਹੋ ਸਕਦਾ ਜੇ ਲਾਲੀ ਵਾਲਾ ਰੰਗ ਰੱਖ ਜੇ ਲਾਲ ਚਿੱਟੇ ਡੱਬ ਬਣ ਜਾਣ ਤਾਂ ਹੋਰ ਸੋਹਣੇ ਬਣ ਜਾਣਗੇ। ਪਰ ਵੱਛੀ ਦੀ ਬਰੀਡ ਕੁਆਲਿਟੀ ਵੀ ਚੰਗੀ ਹੈ, ਹਵਾਨਾ ਗਾਂ ਦਾ ਅਗਾੜੀ ਦੇਖਿਓ ਕਾਫੀ ਚੰਗੀ ਹੈ, ਭਲੂਣ ਹਜੇ ਹੈਗੀ ਹੈ ਕਿਉਂਕਿ ਸੂਈ ਤਾਜ਼ੀ ਹੈ। ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਹੈ ਲਾਸਟ ਉੱਤੇ 8 ਨੰਬਰ 'ਤੇ ਬਾਈ, ਜਿਹੜੀ ਹੁਣ ਗਾਂ ਇਹ ਬਾਈ ਨੇ ਖੋਲ ਲਈ, ਇਹ ਭਾਅ ਜੀ ਦੂਜਾ ਸੂਆ ਜੀ, ਇਹਨੇ ਵੀ ਰਾਤ ਇਹ ਬੱਚੀ ਨੂੰ ਜਨਮ ਦਿੱਤਾ ਜੀ। ਠੀਕ ਹੈ, ਅਤੇ ਬੋਲੀ ਵਾਂਗੂ ਆਪਾਂ ਮੰਨ ਕੇ ਚੱਲੋ ਕਿ 15-16 ਕਿਲੋ ਬੋਲੀ ਸਵੇਰ ਦੀ ਕੱਢ ਲਈ ਹੋਊਗੀ ਇਹਦੀ ਜੀ। ਅੱਛਾ ਹਾਂਜੀ ਹਾਂਜੀ, ਫਿਰ ਤਾਂ ਇਹ ਬਹੁਤ ਸੋਹਣਾ ਦੁੱਧ। ਹਾਂਜੀ ਬਾਈ ਜੀ, 32-33 ਕਿਲੋ ਦੁੱਧ ਕੱਢਾ ਹੋਇਆ ਜੀ ਪਹਿਲੇ ਸੂਏ ਦਾ, 35 ਤੋਂ ਪਲੱਸ ਚੱਲੂਗੀ। ਅੱਛਾ, ਇਹਨੇ ਬੱਚਾ ਕੀ ਦਿੱਤਾ? ਵੱਛੀ ਹੈ ਜੀ ਇਹਦੇ ਪਿੱਛੇ ਵੀ, ਇਹਦੇ ਮਗਰ ਵੀ ਵੱਛੀ। ਢਾਂਚਾ ਢੂੰਚਾ ਜੀ, ਬੇਲ ਮੇਨ ਚੀਜ਼ ਆ ਭਾਅ ਜੀ, ਆਮ ਹੁਣ ਯੂਟਿਊਬ 'ਤੇ ਹਰੇਕ ਬੰਦਾ ਦੱਸ ਦਿੰਦਾ ਜੀ, ਖੜਾਈ ਛੋਟੇ ਛੋਟੂ ਖੜਾਈ, ਆਹ ਚੀਜ਼ਾਂ ਦੀ ਹੁਣ ਦੇਖੋ ਜੀ ਬਣਤਰ ਕਿੰਨੀ ਜ਼ਿਆਦਾ ਜੀ ਇਹਦੀ, 2-1.5 ਫੁੱਟ ਵਾਂਗੂ ਇਹਦਾ ਪੁੱਠਾ ਹੋਊਗਾ ਜੀ ਪਿੱਛੇ। ਠੀਕ ਹੈ, ਇਹੀ ਬਰੀਡ ਦੀਆਂ ਨਿਸ਼ਾਨੀਆਂ ਨੇ ਜੀ। ਉਹ ਸਟਰਕਚਰ ਦੇਖ ਲਓ ਵੈੜ ਦਾ, ਥਾਣੇ ਦਾ ਵੀ ਬਹੁਤ ਚੰਗਾ, ਚਾਹੇ ਬੰਦਾ ਹੱਥ ਨਾਲ ਚੋਣਾ ਲੈ ਜਾਵੇ ਜੀ। ਖੜਨੀ ਖੁੜਨੀ, ਲੈਗ ਸਕੋਰ ਉੱਪਰੋਂ ਟੋਪ ਲਾਈਨ ਬਿਲਕੁਲ ਸਿੱਧੀ ਹੈ ਜੀ। ਮੇਨ ਗੱਲ ਭਾਅ ਜੀ, ਜਿੰਨੀਆਂ ਵੀ ਅੱਜ ਆਪਾਂ ਗਾਵਾਂ ਦਿਖਾਈਆਂ ਨੇ, ਕਿਸੇ ਦਾ ਆਰਡਰ ਇੱਦਾਂ ਨਹੀਂ ਹੈਗਾ ਕਿ ਵੱਡਾ, ਫਿਕਸ ਨੇ ਪੂਰੀਆਂ ਸਾਰੀਆਂ, ਚਾਹੇ ਪ੍ਰੈਗਨੈਂਟ ਨੇ ਚਾਹੇ ਸੂਈਆਂ ਹੋਈਆਂ ਨੇ। ਸਹੀ ਹੈ, ਸੋ ਦੱਸੋ ਹਵਾਨੇ ਫਿਕਸ ਵਾਲੀਆਂ ਗਾਵਾਂ ਤੁਹਾਨੂੰ ਦਿਖਾ ਰਹੇ ਹਾਂ, ਚੰਗੇ ਕੱਦ ਕਾਠ ਦੀ, ਚੰਗੀ ਵੇਲ, ਚੰਗਾ ਕੱਦ,
ਇਹ ਗਾਂ ਦੁੱਧ ਵਾਲੇ ਪੱਖ ਤੋਂ ਬਹੁਤ ਸੋਹਣੀ ਰਹੂਗੀ। ਸੋ ਇਹ ਤੁਹਾਨੂੰ 8 ਨੰਬਰ ਦੇ ਉੱਤੇ ਦਿਖਾ ਰਹੇ ਹਾਂ। ਫਿਕਸ ਜਾਵਾ ਨਾ ਲੈ ਚਲੀ ਬਾਈ, ਸੋ ਢਾਂਚਾ ਤੁਸੀਂ ਦੇਖ ਸਕਦੇ ਹੋ, ਹਵਾਨਾ ਦੇਖ ਲਓ। ਇਹਦੇ ਨਾਲ ਵੀ ਬੱਚਾ ਵੱਛੀ ਹੈ, ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ। ਸਿਰਫ 2 ਗਾਵਾਂ ਇਸ ਫਾਰਮ 'ਚ ਜਿਹੜੀਆਂ ਸੂਈਆਂ ਜਿਨ੍ਹਾਂ ਨੇ ਵੱਛੇ ਦਿੱਤੇ, ਬਾਕੀ ਸਾਰੀਆਂ ਨੇ ਵੱਛੀਆਂ ਨੂੰ ਜਨਮ ਦਿੱਤਾ ਹੋਇਆ। ਵੱਛਾ ਵੀ ਆਹ ਕਮਾਲ ਦਾ ਜੀ, ਦੇਖੋ ਤੁਸੀਂ ਕਿੰਨਾ ਇਸ ਗਾਂ ਨੇ ਵੱਛਾ ਦਿੱਤਾ ਦੱਸੋ, ਅਤੇ ਇਹਦਾ ਵੱਛਾ ਵੀ ਤੁਸੀਂ ਦੇਖ ਲਓ। ਇਹ ਬਸ ਬੰਦ ਕੇ ਚਲੋ ਘੰਟਾ ਡੇਢ ਘੰਟਾ ਹੋਇਆ ਜੇ। ਇਹ ਕਿਹੜੇ ਕਿਹੜੇ ਸੀਮਨ ਦਾ ਦੱਸ ਰਹੇ ਸੀ? ਬੰਬੀਰੋ ਦਾ ਸੀਮਨ ਲੱਗਿਆ ਹੋਇਆ ਸੀਗਾ ਜੀ ਇਹਨੂੰ, ਬੰਬੀਰੋ ਦਾ। ਹਾਂਜੀ, ਆਹ ਵੱਛੀ ਅਤੇ ਦੋਨੋਂ ਵਾਈਟ ਵੱਛੀਆਂ ਆਪਾਂ ਇੱਕੋ ਫਾਰਮ 'ਚੋਂ ਲਈਆਂ ਨੇ ਜੀ। ਠੀਕ ਹੈ, ਅਤੇ ਉਹਨਾਂ ਕੋਲ ਸਾਰੀਆਂ ਬਰੀਡ ਜਿੰਨੀ ਵੀ ਹੈਗੀ ਆ ਜੀ, ਸਾਰੀਆਂ ਜ਼ਿਆਦਾਤਰ ਵਾਈਟ ਏ ਗਾਵਾਂ ਨੇ ਜੀ। ਠੀਕ ਹੈ, ਅੱਗੇ ਸੀਮਨ ਵੀ ਉਹ ਆਹ ਹੈ ਜੇ ਬਰੀਡ ਤਿਆਰ ਕਰ ਰਹੇ ਕਿ ਬੱਚੇ ਵੀ ਸਾਰੇ ਵਾਈਟ ਏ ਆਉਣ। ਠੀਕ ਹੈ, ਹਾਂਜੀ। ਸੋ ਇਹ ਅੱਜ ਦੀ ਵੀਡੀਓ ਦੇ ਕੁਛ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਸੀ, ਤੁਸੀਂ ਦੇਖ ਚੁੱਕੇ ਹੋ। ਇਹਨਾਂ 'ਚੋਂ ਜਿਹੜਾ ਵੀ ਨਾ ਖਰੀਦਣਾ ਚਾਹੋ ਆ ਸਕਦੇ ਹੋ। ਵੀਡੀਓ ਹੈਂਟ ਹੀ ਹੈ ਵੀ ਇੱਥੇ ਗਾਵਾਂ ਵਕਾਊ ਹੈ, ਪਰ ਤੁਸੀਂ ਆਓਗੇ ਤਾਂ ਉਦੋਂ ਨੂੰ ਹੋਰ ਨਾਗ ਵੀ ਪਹੁੰਚ ਜਾਣਗੇ, ਕੁਛ ਇਹਨਾਂ 'ਚੋਂ 2 ਵਿਕ ਵੀ ਸਕਦੇ ਆ ਉਦੋਂ ਨੂੰ। ਮੇਨ ਗੱਲ ਇਹ ਆ ਵੀ ਤੁਸੀਂ ਆਓ, ਰਹਿਣ ਦਾ ਪ੍ਰਬੰਧ ਹੈ, ਸੂਈਆਂ ਸਵਾਈਆਂ ਗਾਵਾਂ ਨੂੰ 2 ਟਾਈਮ, 3 ਟਾਈਮ, 4 ਟਾਈਮ, ਜਦੋਂ ਪੂਰੀ ਤਸੱਲੀ ਹੋ ਜਾਂਦੀ ਫਿਰ ਪੇਸ਼ਾ ਖੋਲ੍ਹ ਕੇ ਲਿਜਾਓ। ਗੱਬਨ ਦੇ ਥਾਣ ਪਾਸ ਆਉਣੇ ਹੁੰਦੇ ਹੋ, ਤੁਸੀਂ ਕਰ ਸਕਦੇ ਹੋ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।